ਅੱਜ ਦੇ ਸਮੇਂ ਵਿੱਚ ਨਾ ਕੋਈ ਆਪਣੀ ਡਾਇਟ ਦਾ ਖਿਆਲ ਰੱਖਦਾ ਹੈ ਤੇ ਨਾ ਹੀ ਵਿਗੜ ਰਹੀ ਸਿਹਤ ਦਾ। ਸਮਝ ਉਦੋਂ ਆਉਂਦੀ ਹੈ ਜਦੋਂ ਮੈਡੀਕਲ ਰਿਪੋਰਟਸ ਮੈਕਸਿਮਮ ਲਿਮਿਟ ਨੂੰ ਵੀ ਕ੍ਰੋਸ ਕਰ ਜਾਂਦੀਆਂ ਨੇ। ਤੇ ਸਭ ਤੋਂ ਵੱਡੀ ਬਿਮਾਰੀ ਹੈ ਮੋਟਾਪਾ। ਮੋਟਾਪੇ ਨਾਲ ਵਧਦੀਆਂ ਨੇ ਹੋਰ ਵੀ ਕਈ ਬਿਮਾਰੀਆਂ। ਵੈਸੇ ਤਾਂ ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਮੋਟਾਪਾ ਘਟਾਉਣ ਲਈ ਤੁਸੀਂ ਬਹੁਤ ਕੁਝ ਟਰਾਈ ਕਰ ਹੀ ਚੁੱਕੇ ਹੋਣੇ, ਭੁੱਖੇ ਰਹਿ ਕੇ ਵੀ ਵੇਖ ਲਿਆ ਹੋਣਾ ਤੇ ਜਿਮ ਜਾ ਕੇ ਵੀ। ਪਰ ਅੱਜ ਮੈਂ ਤੁਹਾਨੂੰ ਦੱਸਾਂਗੀ ਬਹੁਤ ਹੀ ਆਸਾਨ ਤਰੀਕੇ ਮੋਟਾਪੇ ਨੂੰ ਬਾਏ ਬਾਏ ਕਹਿਣ ਲਈ। ਗ੍ਰੀਨ ਟੀ। ਗ੍ਰੀਨ ਟੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਨੇ ਜੋ ਤੁਹਾਡੇ ਦਿਮਾਗ ਦੀਆਂ ਨਸਾਂ ਨੂੰ ਰਿਲੈਕਸ ਕਰਦੇ ਨੇ। ਇਸ ਨੂੰ ਪੀਣ ਨਾਲ ਨੀਂਦ ਵੀ ਵਧੀਆ ਆਉਂਦੀ ਹੈ। ਜੇ ਤੁਸੀਂ ਗ੍ਰੀਨ ਟੀ ਦਾ 1 ਕੱਪ ਸੌਣ ਤੋਂ 1 ਘੰਟਾ ਪਹਿਲਾਂ ਪੀਂਦੇ ਹੋ ਤਾਂ ਤੁਹਾਡੀ ਨੀਂਦ ਵਿੱਚ ਵੀ ਤੁਹਾਡਾ ਫੈਟ ਬਰਨ ਕਰਦੀ ਹੈ ਗ੍ਰੀਨ ਟੀ। ਅਸੀਂ ਸਾਰੇ ਦਿਨ ਦੇ ਹਿਸਾਬ ਨਾਲ 3 ਵਾਰ ਖਾਣਾ ਖਾਂਦੇ ਹਾਂ। ਫਿਕਸ ਟਾਈਮਿੰਗਸ ਨੇ ਸਵੇਰੇ, ਦੁਪਹਿਰ ਤੇ ਰਾਤ। ਹਾਂ, ਨਾਲ ਹੀ ਫਾਸਟ ਫੂਡ ਤੇ ਸਨੈਕਸ ਖਾਣਾ ਵੀ ਨਹੀਂ ਭੁੱਲਦੇ। ਬਸ ਇੱਥੇ ਤਾਂ ਕਿਰਪਾ ਰੁਕੀ ਹੋਈ ਹੈ। ਦਿਨ ਵਿੱਚ 3 ਵਾਰ ਨਹੀਂ 6 ਵਾਰ ਖਾਓ, ਪਰ ਹਾਈ ਫਾਈਬਰ ਡਾਇਟ ਖਾਓ। ਕੱਚੀਆਂ ਸਬਜ਼ੀਆਂ ਦਾ ਸਲਾਦ, ਸਪਰਾਊਟਸ, ਤਾਜ਼ਾ ਮੌਸਮੀ ਫਲ ਤੇ ਹਾਂ, ਜ਼ਿਆਦਾ ਫਰਾਈ ਅਤੇ ਜ਼ਿਆਦਾ ਮਸਾਲਿਆਂ ਵਾਲੇ ਭੋਜਨ ਤੋਂ ਪਰਹੇਜ਼ ਕਰੋ। ਕਾਲੀ ਮਿਰਚ। ਕਾਲੀ ਮਿਰਚ ਮੋਟਾਪਾ ਘਟਾਉਣ ਵਿੱਚ ਬਹੁਤ ਮਦਦ ਕਰਦੀ ਹੈ। ਭਾਵੇਂ ਸਲਾਦ ਖਾਓ, ਫਲ ਖਾਓ ਜਾਂ ਫਿਰ ਰੋਟੀ ਨਾਲ ਸਬਜ਼ੀ, ਖਾਣ ਤੋਂ ਪਹਿਲਾਂ ਉਪਰੋਂ ਥੋੜ੍ਹੀ ਜਿਹੀ ਕਾਲੀ ਮਿਰਚ ਜ਼ਰੂਰ ਛਿੜਕ ਲਓ ਅਤੇ ਫਿਰ ਖਾਓ। ਇਸ ਦੇ ਨਾਲ ਤੁਹਾਡਾ ਡਾਈਜੈਸ਼ਨ ਸਿਸਟਮ ਵੀ ਵਧੀਆ ਰਹਿੰਦਾ ਹੈ ਤੇ ਨਾਲ ਦੀ ਨਾਲ ਫੈਟ ਵੀ ਬਰਨ ਹੁੰਦਾ ਹੈ। 4 ਗਲਾਸ ਪਾਣੀ ਬਰਤਨ ਵਿੱਚ ਪਾ ਕੇ ਗਰਮ ਕਰੋ। 2 ਨਿੰਬੂ ਕੱਟ ਕੇ ਉਸਦਾ ਰਸ ਅਲੱਗ ਗਲਾਸ ਵਿੱਚ ਕੱਢ ਲਓ ਤੇ ਇਹਨਾਂ 2 ਨਿੰਬੂਆਂ ਦੇ ਛਿਲਕਿਆਂ ਨੂੰ ਗਰਮ ਹੋ ਰਹੇ ਪਾਣੀ ਦੇ ਬਰਤਨ ਵਿੱਚ ਪਾਓ। ਨਾਲ ਹੀ ਅੱਧੇ ਚਮਚ ਤੋਂ ਥੋੜਾ ਘੱਟ ਸੇਂਦਾ ਨਮਕ ਪਾਓ। ਜਦੋਂ ਇਹ ਮਿਸ਼ਰਨ ਚੰਗੀ ਤਰ੍ਹਾਂ ਉਬਲ ਜਾਏ ਤਾਂ ਨਿੰਬੂ ਦੇ ਛਿਲਕਿਆਂ ਸਮੇਤ ਇਸ ਨੂੰ ਕਿਸੇ ਬੋਤਲ ਜਾਂ ਜੱਗ ਵਿੱਚ ਪਾ ਲਓ। ਦਿਨ ਵਿੱਚ 3 ਵਾਰ ਪਾਣੀ ਪੀਣਾ ਹੈ, ਸਵੇਰੇ, ਦੁਪਹਿਰ ਅਤੇ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ। ਹਰ ਰੋਜ਼ ਇਸੇ ਤਰ੍ਹਾਂ ਇਹ ਪਾਣੀ ਪੀਣਾ ਹੈ ਤੇ ਤੁਹਾਨੂੰ ਫਰਕ 1 ਹਫ਼ਤੇ ਅੰਦਰ ਹੀ ਨਜ਼ਰ ਆਏਗਾ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਵੀ ਨਾ ਭੁੱਲਣਾ।